ਇਹ ਪੱਤਰ ਹੈ ਤੁਹਾਡੇ ਮਿੱਤਰ ਜਾਂ ਸਹੇਲੀ ਦੀ ਭੈਣ ਦਾ ਵਿਆਹ ਸੀ ਜਿਸ ਵਿੱਚ ਤੁਸੀਂ ਪਹੁੰਚਣਾ ਸੀ ਪਰ ਕਿਸੇ ਕਾਰਨ ਪਹੁੰਚ ਨਹੀਂ ਸਕੇ ਪੱਤਰ ਰਾਹੀਂ ਆਪਣੀ ਗੈਰ ਹਾਜ਼ਰੀ ਦਾ ਕਾਰਨ ਦੱਸੋ ਹੁਣ ਸੱਜੇ ਪਾਸੇ ਆਪਾਂ ਐਡਰੈਸ ਲਿਖਣਾ ਆਪਣਾ ਪਤਾ ਲਿਖਣਾ ਆਪਾਂ ਜੋ ਲਿਖ ਰਹੇ ਹਾਂ ਪਿੰਡ ਤੇ ਡਾਕਖਾਨਾ ਕੋਲਾੜ ਕਮਾ ਜ਼ਿਲ੍ਹਾ ਸੰਗਰੂਰ ਡੰਡੇ 4 ਮਈ ਕਮਾ 2000 ਡੈਸ਼ ਪਾ ਕੇ ਅਖੀਰ ਚ ਫਿਰ ਇੰਗਲਿਸ਼ ਵਾਲਾ ਫੁੱਲ ਸਟਾਪ ਹੁਣ ਆਪਾਂ ਖੱਬੇ ਪਾਸੇ ਲਿਖਾਂਗੇ ਪਿਆਰੀ ਸੁਖੀ ਕਮਾ ਹੁਣ ਇੱਥੇ ਆਪਾਂ ਸਤਿ ਸ੍ਰੀ ਅਕਾਲ ਜਾਂ ਨਮਸਤੇ ਕੁਝ ਵੀ ਲਿਖ ਸਕਦੇ ਹਾਂ ਅਗਰ ਉਹ ਤੁਹਾਡੀ ਸਹੇਲੀ ਹੈ ਤਾਂ ਪਿਆਰੀ ਵਟ ਏਵਰ ਇਟ ਇਜ਼ ਉਹ ਤੁਸੀਂ ਲਿਖ ਲਾਉਗੇ ਠੀਕ ਹੈ ਐਡਰੈਸ ਲਿਖ ਕੇ ਤੋਂ ਤੋਂ ਬਾਅਦ ਜੇ ਮਿੱਤਰ ਹੈ ਤਾਂ ਠੀਕ ਹੈ ਜੇ ਤੁਸੀਂ ਲੜਕੇ ਹੋ ਤੇ ਤੁਸੀਂ ਮਿੱਤਰ ਕਰਕੇ ਕਰੋਗੇ ਲੜਕੀਆਂ ਨੂੰ ਸੇਲੀ ਕਰਕੇ ਕਰੋਗੇ ਠੀਕ ਹੈ ਹੁਣ ਆਪਾਂ ਇੱਥੇ ਲਿਖ ਰਹੇ ਆ ਪਿਆਰੇ ਸੁਖੀ ਸਤਿ ਸ਼੍ਰੀ ਅਕਾਲ ਕਮਾ ਵੀ ਪਾ ਸਕਦੇ ਆ ਤੇ ਸੈਮੀ ਕੋਲਨ ਵਾਲਾ ਜਿਹੜਾ ਚਿੰਨ ਹੁੰਦਾ ਆਪਾਂ ਉਹ ਵੀ ਪਾ ਸਕਦੇ ਆ ਜਿਹਨੂੰ ਆਪਾਂ ਵਿਸਮਿਕ ਚਿੰਨ ਕਹਿੰਦੇ ਆ ਵਿਸਮਿਕ ਚਿੰਨ ਪਾ ਸਕਦੇ ਆ ਇਹ ਤੋਂ ਬਾਅਦ ਆਪਾਂ ਲਿਖਾਂਗੇ ਪੰਮੀ ਭੈਣ ਜੀ ਦੇ ਵਿਆਹ ਤੇ ਨਾ ਪਹੁੰਚਣ ਦਾ ਕਾਰਨ ਦੱਸਣ ਤੋਂ ਪਹਿਲਾਂ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਗਰਮੀ ਜ਼ਿਆਦਾ ਹੋਣ ਕਾਰਨ ਮੈਨੂੰ ਲੂ ਲੱਗਣ ਨਾਲ ਬੁਖਾਰ ਚੜ ਗਿਆ ਦਵਾਈ ਲੈਣ ਨਾਲ ਕੁਝ ਸਮੇਂ ਲਈ ਬੁਖਾਰ ਉਤਰ ਜਾਂਦਾ ਹੈ ਪਰ 2 ਘੰਟੇ ਬਾਅਦ ਫੇਰ ਚੜ ਜਾਂਦਾ ਹੈ ਡਾਕਟਰ ਨੇ 3-4 ਦਿਨ ਲਈ ਪੂਰਾ ਆਰਾਮ ਕਰਨ ਲਈ ਕਿਹਾ ਹੈ ਉਹਨਾਂ ਗਲੇ ਪੈਰੇ ਚ ਮੈਂ ਕਿੰਨਾ ਬਦਕਿਸਮਤ ਹਾਂ ਕਿ ਭੈਣ ਦੇ ਵਿਆਹ ਤੇ ਵੀ ਨਹੀਂ ਪਹੁੰਚ ਸਕਿਆ ਅਗਰ ਤੁਸੀਂ ਲੜਕੀ ਹੋ ਤਾਂ ਨੇਚਰਲੀ ਤੁਸੀਂ ਲਿਖੋਗੇ ਮੈਂ ਕਿੰਨੀ ਬਦਕਿਸਮਤ ਹਾਂ ਕਿ ਭੈਣ ਦੇ ਵਿਆਹ ਤੇ ਵੀ ਨਹੀਂ ਪਹੁੰਚ ਸਕੀ ਠੀਕ ਹੈ ਕਿੰਨੀ ਰੀਚ ਸੀ ਮੈਨੂੰ ਇਸ ਵਿਆਹ ਦੀ ਮੈਂ ਦੱਸ ਨਹੀਂ ਸਕਦਾ ਤੇ ਦੂਜੇ ਉਧਰ ਲਿਖੋਗੇ ਮੈਂ ਦੱਸ ਨਹੀਂ ਸਕਦੀ ਠੀਕ ਹੈ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੁੰਦਾ ਹੈ ਮਨਜ਼ੂਰ ਹੁੰਦਾ ਹੈ ਤੋਂ ਬਾਅਦ ਕਮਾ ਉਸ ਤੋਂ ਬਾਅਦ ਡੰਡੀ ਠੀਕ ਹੋ ਕੇ ਮੈਂ ਤੁਹਾਨੂੰ ਸਭ ਨੂੰ ਮਿਲਣਾ ਵਾਂਗਾ ਤੇ ਜੇ ਤੁਸੀਂ ਲਿਖਣਾ ਹੈ ਮਾਤਾ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਜੇ ਕੋਈ ਛੋਟਾ ਭੈਣ ਭਰਾ ਹੈ ਉਹਨੂੰ ਪਿਆਰ ਉਹ ਵੀ ਲਿਖ ਸਕਦੇ ਹੋ ਪਰ ਉਹ ਤੋਂ ਬਿਨਾ ਵੀ ਸਰ ਜਾਂਦਾ ਹੈ ਅੱਗੇ ਤੇਰਾ ਮਿੱਤਰ ਜਾਂ ਤੇਰੀ ਸਹੇਲੀ ਕੌਣ ਅੱਗੇ ਆਪਣਾ ਨਾਮ ਲਿਖ ਦਿਓ ਇੱਥੇ ਅਮਿਤ ਕੁਮਾਰ ਅਸੀਂ ਲਿਖਿਆ ਅਮਿਤ ਕੁਮਾਰ ਦੇ ਨਾਲ ਫਿਰ ਡੰਡੀ ਠੀਕ ਹੈ ਪਹਿਲੇ ਤੁਸੀਂ ਸੱਜੇ ਪਾਸੇ ਆਪਣਾ ਡਰੈਸ ਲਿਖਿਆ ਫਿਰ ਜਿਹਨੂੰ ਤੁਸੀਂ ਸੰਬੋਧਨ ਕਰ ਰਹੇ ਹੋ ਉਹ ਲਿਖਿਆ ਫਿਰ ਤੁਸੀਂ ਉਹਨੂੰ ਜੋ ਵੀ ਨਮਸਕਾਰ ਸਤਿ ਸ਼੍ਰੀ ਅਕਾਲ ਵਗੈਰਾ ਉਹ ਲਿਖਿਆ ਉਸ ਤੋਂ ਬਾਅਦ ਸਿੱਧੀ ਗੱਲ ਤੇ ਪਹੁੰਚ ਗਏ ਕਿ ਮੈਂ ਉੱਥੇ ਨਹੀਂ ਪਹੁੰਚਿਆ ਪਰ ਉਹ ਤੋਂ ਪਹਿਲਾਂ ਮੈਂ ਵਧਾਈ ਦੇ ਰਿਆਂ ਫਿਰ ਅਗੋਂ ਕਾਰਨ ਦੱਸ ਦਿੱਤਾ ਤੇ ਫਿਰ ਆਪਣੀ ਰੀਜ ਦੱਸ ਦਿੱਤੀ ਤੇ ਫਿਰ ਆਪਣਾ ਨਾਮ ਦੱਸ ਦਿੱਤਾ ਮੇਰਾ ਖਿਆਲ ਹੈ ਬਹੁਤ ਸੌਖੀ ਤਰੀਕ ਤਰ੍ਹਾਂ ਨਾਲ ਤੁਸੀਂ ਸਮਝ ਗਏ ਹੋਵੋਗੇ Than what?